ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਮੋਨੀ ਗਿੱਲ ਔਰ ਅੱਜ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਬੜੇ ਹੀ ਖਾਸ ਬਹੁਤ ਹੀ ਖਾਸ ਮਹਿਮਾਨ ਨੇ ਸਾਡੇ ਨਾਲ ਨੂਰ ਨਗਮੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੇਕਿਨ ਇਸ ਤੋਂ ਪਹਿਲਾਂ ਕਿ ਤੁਹਾਡੇ ਤੋਂ ਇੰਟਰੋਡਕਸ਼ਨ ਲਈਏ ਮੈਂ ਖੁਦ ਇਹਨਾਂ ਬਾਰੇ ਦੱਸਣਾ ਚਾਹਾਂਗੀ ਕਿ ਅਸੀਂ ਮੈਂ ਹਮੇਸ਼ਾ ਡੀ ਐਮ ਵੀ ਟੈਲੈਂਟ ਕਰਦੀ ਰਹਿੰਦੀ ਹਾਂ ਇਸ ਤੋਂ ਵੱਡਾ ਟੈਲੈਂਟ ਕੀ ਹੋਏਗਾ ਕਿ ਦੁਨੀਆ ਵਾਸਤੇ ਜੋ ਮਿਸਾਲ ਬਣਿਆ ਔਰ ਸਪੈਸ਼ਲੀ ਮੈਂ ਕਹਾਂਗੀ ਈਵਨ ਤੋਂ ਇਕੱਲੇ ਪਾਕਿਸਤਾਨ ਵਾਸਤੇ ਨਹੀਂ ਇਹ ਸਾਡੇ ਲਈ ਵੀ ਪ੍ਰਾਊਡ ਹੈਗਾ ਕਿਉਂਕਿ ਇਹ ਦੇਸ਼ਾਂ ਨੂੰ ਤਾਂ ਅਸੀਂ ਵੰਡ ਦਿੰਦੇ ਹਾਂ ਲੇਕਿਨ ਜਿਹੜਾ ਟੈਲੈਂਟ ਹੈ ਉਹ ਕਿਸੇ ਦੇਸ਼ ਦਾ ਮੁਹਤਾਜ ਨਹੀਂ ਹੈ ਭਾਵੇਂ ਉਹ ਸਿੰਗਿੰਗ ਹੋਵੇ ਐਕਟਿੰਗ ਹੋਵੇ ਜਾਂ ਕਿਸੇ ਵੀ ਤਰੀਕੇ ਦਾ ਕੋਈ ਕਲਾਕਾਰ ਹੈ ਉਹ ਕਿਸੇ ਦੇਸ਼ ਦਾ ਮੁਹਤਾਜ ਨਹੀਂ ਹੈ ਕਿਉਂਕਿ ਉਹਨੂੰ ਸਾਰੇ ਪਿਆਰ ਕਰਦੇ ਨੇ ਅਤੇ ਇਹ ਅਸੀਂ ਐਜ਼ ਅ ਇੰਡੀਅਨ ਵੀ ਆਲਸੋ ਲਵ ਹਿਮ ਸੋ ਮੱਚ ਕਿਉਂਕਿ ਇਹਨਾਂ ਦਾ ਕੰਮ ਬਹੁਤ ਅੱਛਾ ਹੈ ਔਰ ਇਹਨਾਂ ਦੀ ਨੇਚਰ ਬਹੁਤ ਅੱਛੀ ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਾਈ ਟੀਵੀ 'ਤੇ ਥੈਂਕ ਯੂ ਬਹੁਤ ਬਹੁਤ ਵਧਾਈ ਹੋਵੇ ਮੋਨੀ ਜੀ ਤੁਸੀਂ ਇੰਨਾ ਅੱਛਾ ਬੋਲਦੇ ਹੋ ਕਿ ਮੈਂ ਤਾਂ ਬੋਲਣਾ ਹੀ ਭੁੱਲ ਗਈ ਮੈਂ ਐਕਚੁਲੀ ਆਈ ਡੋਂਟ ਨੋ ਐਸ ਸੂਨ ਕੈਮਰਾ ਇਜ਼ ਔਨ ਮੋਨੀ ਗਿੱਲ ਇਜ਼ ਔਨ ਭਾਵੇਂ ਉਸ ਤੋਂ ਪਹਿਲੇ ਕੁਛ ਹੋਇਆ ਹੋਵੇ ਕੋਈ ਟ੍ਰੈਜਡੀ ਹੋਈ ਹੋਵੇ ਉਹ ਸਭ ਪਿੱਛੇ ਰਹਿ ਜਾਂਦਾ ਅਤੇ ਇਹ ਸਿੱਖਿਆ ਕਿੱਥੋਂ ਤੁਸੀਂ ਇਹ ਮੈਂ ਕਹਿ ਸਕਦੀ ਹਾਂ ਆਈ ਥਿੰਕ ਅੰਦਰੂਨੀ ਹੈ ਜਾਂ ਬਚਪਨ ਤੋਂ ਹੀ ਇਸ ਤਰ੍ਹਾਂ ਦੀ ਸੀਗੀ ਅੱਛਾ ਲੋਕ ਸੋਚ ਰਹੇ ਸੈਲਫੀ ਜਿਹੜੀ ਹੈ ਕਿ ਸ਼ਾਇਦ ਕਿਸੇ ਫੋਨ ਕੰਪਨੀ ਨੇ ਕੱਢੀ ਹੈ ਲੇਕਿਨ ਮੈਂ ਕਹਾਂਗੀ ਕਿ ਆਈ ਹੈਵ ਇਨਵੈਂਟਡ ਜਿਸ ਜ਼ਮਾਨੇ ਦੇ ਵਿੱਚ ਨੋਰਮਲ ਕੈਮਰਾ ਹੋਇਆ ਕਰਦੇ ਸੀ ਜਿਹੜੇ ਕਿ ਅੱਖ ਦੇ ਨਾਲ ਮੋਰੀ ਨਾਲ ਦੇਖ ਕੇ ਫਿਰ ਖਿੱਚਦੇ ਸੀ ਉਹਦੇ ਨਾਲ ਵੀ ਮੈਂ ਸੈਲਫੀਆਂ ਖਿੱਚੀਆਂ ਹੋਈਆਂ ਨੇ ਔਰ ਬੜੀ ਪੁਰਾਣੀਆਂ ਯਾਦਾਂ ਨੇ ਜਿਹੜੀਆਂ ਕਿ ਬਚਪਨ ਤੋਂ ਹੀ ਨੇ ਸੋ ਆਈ ਥਿੰਕ ਇਹਦਾ ਕ੍ਰੈਡਿਟ ਮੈਂ ਇਹ ਦਾਂਗੀ ਕਿ ਮੇਰੀ ਮਾਮ ਇਜ਼ ਵੈਰੀ ਸਿੰਪਲ ਪਰਸਨ ਲੇਕਿਨ ਮੇਰੇ ਜਿਹੜੇ ਸਿਸਟਰਸ ਨੇ ਉਹਨਾਂ ਨੇ ਬੜਾ ਪੁਸ਼ ਕੀਤਾ ਕਿ ਡੂ ਵਟ ਐਵਰ ਯੂ ਵਾਂਟ ਟੂ ਡੂ ਔਰ ਦੂਸਰਾ ਕਿ ਸ਼ਹਿਰ ਦੀ ਜੰਮੀ ਪਲੀਆਂ ਅਤੇ ਉਹ ਕੌਨਫੀਡੈਂਸ ਆਲਰੇਡੀ ਸੀਗਾ ਸਕੂਲ ਦੇ ਟੀਚਰਾਂ ਨੇ ਬੜਾ ਕੌਨਫੀਡੈਂਸ ਦਿੱਤਾ ਅਤੇ ਬਿਲੋਂਗਸ ਟੂ ਮਿਊਜ਼ੀਕਲ ਫੈਮਿਲੀ ਦਾ ਆਈ ਥਿੰਕ ਸਾਡੀ ਰਗਾਂ ਦੇ ਵਿੱਚ ਹੀ ਇਹ ਜੀ ਕਿਉਂਕਿ ਮੈਂ ਤੁਹਾਡੇ ਹਸਬੈਂਡ ਨੂੰ ਵੀ ਜਾਣਦਾ ਹਾਂਜੀ ਉਹ ਤੇ ਵਿਚਾਰੇ ਬੜੇ ਸ਼ਰੀਫ ਜੇ ਚੁੱਪਚਾਪ ਜੇ ਬੰਦੇ ਨੇ ਇਹਦਾ ਮਤਲਬ ਮੈਂ ਬਦਮਾਸ਼ ਹਾਂ ਨਾਟੀ ਹਾਂ ਤੁਸੀਂ ਬੜੇ ਬਬਲੀ ਜੇ ਜੀ ਉਹ ਮੈਂ ਹੈਗੀ ਹਾਂ ਜੀ ਐਕਚੁਅਲੀ ਉਹ ਵੀ ਹੈਗੇ ਨੇ ਲੇਕਿਨ ਕੁਲਦੀਪ ਖੁੱਲਣ 'ਚ ਬਹੁਤ ਥੋੜ੍ਹਾ ਟਾਈਮ ਲਾਉਂਦੇ ਹਾਂ ਅੱਛਾ ਆਈ ਐਮ ਅ ਹੈਪੀ ਪਰਸਨ ਆਈ ਐਮ ਦ ਵੇ ਆਈ ਐਮ ਇਸੇ ਤਰੀਕੇ ਦਾ ਕੋਈ ਚੀਜ਼ ਨਹੀਂ ਵੀ ਪਸੰਦ ਆਉਂਦੀ ਆਈ ਰਿਐਕਟਿਡ ਜਸਟ ਲਾਈਕ ਦੈਟ ਅਤੇ ਜੋ ਮੈਂ ਅੰਦਰ ਹਾਂ ਉਹੀ ਮੈਂ ਬਾਹਰ ਹਾਂ ਕਈ ਲੋਕ ਹੌਲੀ ਹੌਲੀ ਖੁੱਲਦੇ ਆ ਪਰ ਮੈਂ ਜਿਸ ਤਰ੍ਹਾਂ ਦੀ ਹਾਂ ਮੈਂ ਉਸ ਤਰ੍ਹਾਂ ਦੀ ਹਾਂ ਮੈਂ ਕੋਈ ਵੀ ਫੀਲਿੰਗ ਹਾਈਡ ਨਹੀਂ ਕਰ ਸਕਦੀ ਦੇਖੋ ਮੇਰੀ ਦੁਆ ਹੈ ਕਿ ਇਹ ਜਿਹੜਾ ਤੁਹਾਡਾ ਅੱਜ ਤੁਸੀਂ ਸ਼ੁਰੂ ਕਰ ਰਹੇ ਹੋ ਮੇਰੀਆਂ ਦੁਆਵਾਂ ਤੁਹਾਡੇ ਨਾਲ ਨੇ ਜੀ ਔਰ ਤੁਹਾਨੂੰ ਬਹੁਤ ਤਰੱਕੀ ਹੋਵੇ ਇਹਦਾ ਨਾਂ ਬਹੁਤ ਵੱਡਾ ਹੋਵੇ ਪਰ ਤੁਸੀਂ ਇਸ ਤਰ੍ਹਾਂ ਹੀ ਰਹਿਣਾ ਜੀ ਜੀ ਕੋਸ਼ਿਸ਼ ਕਰਾਂਗੀ ਮੈਂ ਵੈਸੇ ਹੈ ਹੀ ਇਸ ਤਰ੍ਹਾਂ ਦੀ ਬਚਪਨ ਤੋਂ ਔਰ ਲੇਕਿਨ ਆਈ ਐਮ ਗਲੈਡ ਕਿ ਕੁਲਦੀਪ ਮੇਰੇ ਨਖਰੇ ਸਹਿ ਲੈਂਦਾ ਕੋਈ ਹੋਰ ਹੁੰਦਾ ਅਤੇ ਪਤਾ ਨਹੀਂ ਕੀ ਹੋਣਾ ਸੀ ਜਾਂ ਉਹਨੇ ਭੱਜ ਜਾਣਾ ਸੀ ਜਾਂ ਮੈਂ ਭੱਜ ਜਾਣਾ ਸੀ ਸੋ ਇਹ ਰੱਬ ਜਦੋਂ ਜੋੜੀਆਂ ਮਿਲਾਉਂਦਾ ਕਈ ਵਾਰੀ ਬਹੁਤ ਸੋਚ ਸਮਝ ਕੇ ਮਿਲਾਉਂਦਾ ਹੈਗਾ ਸੋ ਮੈਂ ਇੱਕ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਕਿ ਅੱਜ ਸਾਡੀ ਜੀ ਮਾਈ ਟੀ ਵੀ ਦੀ ਓਫੀਸ਼ੀਅਲ ਗ੍ਰੈਂਡ ਓਪਨਿੰਗ ਹੈਗੀ ਹੈ ਹੁਣ ਅਸੀਂ ਕਹਿ ਸਕਦੇ ਹਾਂ ਕਿ ਯੈਸ ਵੀ ਆਰ ਰੈਡੀ ਟੂ ਰੌਕ ਯੂ ਔਨ ਆਰ ਟੀ ਵੀ ਸ਼ੋਜ਼ ਸੋ ਉਹਦੇ ਲਈ ਅਸੀਂ ਬਹੁਤ ਸਾਰੇ ਲੋਕਾਂ ਨੂੰ ਕ੍ਰੈਡਿਟ ਦੇਣਾ ਚਾਹਾਂਗੇ ਅੱਜ ਆਈ ਥਿੰਕ ਮੌਕਾ ਆ ਗਿਆ ਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੀਫ ਗੈਸਟ ਨੇ ਸਾਡਾ ਜਿਹੜਾ ਰੈੱਡ ਰਿਬਨ ਜਿਹਨੂੰ ਕਹੀਦਾ ਗੁੱਡ ਲੱਕ ਕਹੀਦਾ ਉਹ ਨੂਰ ਨਗਮੀ ਜੀ ਕੱਟਣਗੇ ਔਰ ਮੈਂ ਕਹਾਂਗੀ ਕਿ ਸ਼ਾਇਦ ਮੇਰਾ ਮੈਂ ਪਰਸਨਲ ਆਪਣੀ ਗੱਲ ਕਰਾਂਗੀ ਮੈਂ ਕਿਸੇ ਹੋਰ ਦੇ ਬਾਰੇ ਨਹੀਂ ਕਰਾਂਗੀ ਕਿ ਮੇਰਾ ਜਿਹੜਾ ਸਾਡੀ ਜਿਹੜੀ ਜਰਨੀ ਹੈ ਸਪੈਸ਼ਲੀ ਮਾਈ ਫੈਮਿਲੀ ਮੇਰੇ ਫਾਦਰ ਸਾਹਿਬ ਨੇ ਜਿਹੜੇ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਨੇ ਔਰ ਸਾਡੀ ਓਪਨਿੰਗ ਹੋ ਰਹੀ ਹੈ ਇੱਕ ਅਨਦਰ ਪਾਕਿਸਤਾਨੀ ਫੇਮਸ ਆਰਟਿਸਟ ਅਤੇ ਇਸ ਤੋਂ ਵੱਡਾ ਸਾਡਾ ਗੁੱਡ ਲੱਕ ਕੀ ਹੋਏਗਾ ਕਿ ਜਿਹੜੇ ਸਾਡੇ ਕਿ ਉਹੀ ਮੈਂ ਗੱਲ ਵਾਪਸ ਆ ਗਈ ਕਿ ਟੈਲੈਂਟ ਕਿਸੇ ਕੰਟਰੀ ਦਾ ਮੁਹਤਾਜ ਨਹੀਂ ਹੈ ਜਾਂ ਕਿਸੇ ਰਿਲੀਜਨ ਦਾ ਮੁਹਤਾਜ ਨਹੀਂ ਹੈ ਕਿ ਮੈਂ ਹਿੰਦੂ ਹਾਂ ਅਤੇ ਮੈਂ ਸਿੱਖ ਹਾਂ ਜਾਂ ਮੈਂ ਮੁਸਲਿਮ ਹਾਂ ਇਹ ਸਾਰਿਆਂ ਦਾ ਸਾਂਝਾ ਹੈ ਅਗਰ ਇਹਨੂੰ ਸਾਂਝਾ ਸਮਝੋਗੇ ਤਾਂ ਇਹ ਬਹੁਤ ਜਲਦ ਗਰੋ ਕਰੇਗਾ ਔਰ ਬਹੁਤ ਅੱਛੇ ਤਰੀਕੇ ਨਾਲ ਗਰੋ ਕਰੇਗਾ ਅਗਰ ਅਸੀਂ ਇਹੀ ਲੜਦੇ ਰਹੇ ਕਿ ਤੂੰ ਹਿੰਦੂ ਮੈਂ ਮੁਸਲਮਾਨ ਮੈਂ ਪੰਜਾਬੀ ਅਤੇ ਮੈਂ ਮੁਸਲਿਮ ਤਾਂ ਉਹ ਅਸੀਂ ਗਰੋ ਨਹੀਂ ਕਰ ਪਾਵਾਂਗੇ ਅਸੀਂ ਉੱਥੇ ਹੀ ਰਹਿ ਜਾਵਾਂਗੇ ਸੋ ਇਹ 'ਚ ਮੈਂ ਤੁਹਾਨੂੰ ਵੀ ਥੈਂਕ ਯੂ ਦਾਂਗੀ ਕਿ ਅਸੀਂ ਤੁਹਾਨੂੰ ਇਨਵੀਟੇਸ਼ਨ ਦਿੱਤਾ ਔਰ ਤੁਸੀਂ ਐਕਸੈਪਟ ਕੀਤਾ ਅੱਛਾ ਜਿਹੜੀ ਮਜ਼ੇ ਦੀ ਗੱਲ ਹੈ ਮੋਨੀ ਜੀ ਉਹ ਹੈ ਕਿ ਤੁਸੀਂ ਮੈਨੂੰ ਟਾਈਮ ਦਿੱਤਾ ਸੀ 12 ਵਜੇ ਜੀ ਮੈਂ ਰਸਤੇ 'ਚ ਸੋਚੀ ਪਿਆ ਮੈਂ ਕਿਹਾ ਇਹ ਪੰਜਾਬੀ ਦਾ ਪ੍ਰੋਗਰਾਮ ਹੈ ਅਤੇ ਟਾਈਮ ਵੀ 12 ਦਾ ਦਿੱਤਾ ਹੈ ਅਤੇ ਮੈਂ ਥੋੜ੍ਹਾ ਜਿਹਾ ਲੇਟ ਹੋ ਜਾਵਾਂ ਮੈਂ ਲੇਟ ਹੋ ਕੇ ਵੀ ਆਇਆ ਅਤੇ ਬਾਹਰ ਆਇਆ ਤਾਂ ਦੇਖਿਆ ਕੋਈ ਨਹੀਂ ਕੋਈ ਨਹੀਂ ਜੀ ਅਤੇ ਹੁਣ ਬੜੀ ਰੌਣਕ ਲੱਗੀ ਹੈ ਜੀ ਅਤੇ ਸਿੱਖਾਂ ਦਾ
ਕਿਉਂਕਿ ਰਾਤ ਨੂੰ ਜਦੋਂ ਦੇਸ਼ ਦੇ ਬਟਵਾਰੇ ਹੋਏ ਅਤੇ ਉਸ ਜ਼ਮਾਨੇ ਦੇ ਵਿੱਚ ਮੁਸਲਮਾਨ ਹਿੰਦੂਆਂ ਨੂੰ ਟੋਰਚਰ ਕਰਦੇ ਸੀ ਅਤੇ ਹਿੰਦੂ ਮੁਸਲਮਾਨਾਂ ਨੂੰ ਟੋਰਚਰ ਕਰਦੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਦੋ ਕੰਟਰੀਆਂ ਦੇ ਇਹ ਸ਼ੈਤਾਨੀ ਦਿਮਾਗ ਨੇ, ਹਰ ਬੰਦਾ ਨਹੀਂ ਇਹ ਕਰਦਾ, ਜਿਹੜੇ ਗੰਦੇ ਦਿਮਾਗ ਨੇ ਉਹਨਾਂ ਦੀ ਕਾਢ ਹੈ। ਹਰ ਬੰਦਾ ਉਸ ਜ਼ਮਾਨੇ 'ਚ, ਕਿਉਂਕਿ ਮੇਰੇ ਨਾਨਾ ਨਾਨੀ ਵੀ ਉਸ ਜ਼ਮਾਨੇ 'ਚ ਪਾਰਟੀਸ਼ਨ ਦੇ ਵਿੱਚ ਹਿੱਸੇਦਾਰ ਰਹੇ ਨੇ ਅਤੇ ਉਹਨਾਂ ਦੇ ਕਹਿੰਦੇ ਸੀ ਨੇਬਰ ਵੀ ਬੜੇ ਅੱਛੇ ਰਹੇ, ਉਹ ਮੁਸਲਮਾਨ ਸੀਗੇ ਹਾਲਾਂਕਿ, ਲੇਕਿਨ ਇੱਕ ਦੂਜੇ ਨੂੰ ਸਾਂਭ ਕੇ ਰੱਖਿਆ ਉਹਨਾਂ ਨੇ। ਅਤੇ ਇਹ ਡਿਪੈਂਡ ਕਰਦਾ ਕਿ ਜਿਹੜਾ ਸ਼ੈਤਾਨ ਬੰਦਾ ਨਾ ਉਹਨੇ ਗੰਦੀ ਹਰਕਤ ਹੀ ਕਰਨੀ। ਸੋ ਉਹੀ ਗੱਲ ਹੈ ਕਿ ਉਸ ਟਾਈਮ ਦੇ ਵਿੱਚ ਜਦੋਂ ਆਹ ਦੋਨੋਂ ਕੰਟਰੀਆਂ ਲੜਦੀਆਂ ਸੀਗੀਆਂ ਪਾਰਟੀਸ਼ਨ ਵਾਸਤੇ, ਤੇ ਯਾਰ ਰੇਪ ਬੜੇ ਹੋਇਆ ਕਰਦੇ ਸੀ ਹਿੰਦੂਆਂ ਦੇ ਵੀ ਮੁਸਲਮਾਨਾਂ ਦੇ ਦੋਨਾਂ ਦੇ, ਠੀਕ ਹੈ। ਤੇ ਉਸ ਟਾਈਮ ਦੇ ਵਿੱਚ ਫਿਰ ਸਿੱਖ ਜਿਹੜੇ ਨੇ ਨਵੇਂ ਨਵੇਂ ਹਲੇ ਪਨਪਿਆ ਹੀ ਸੀਗਾ ਇਹ ਸਿੱਖ ਕੌਮ, ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਡੀ ਜਿਹੜੀ ਕੁੜੀਆਂ ਨੇ ਰਾਤ ਨੂੰ 12 ਵਜੇ ਚੁੱਕੇ ਲੈ ਜਾਂਦੇ ਨੇ, ਜਾਂ ਹਿੰਦੂ ਜਾਂ ਮੁਸਲਮਾਨ ਦੋਨੋਂ ਹੀ, ਤੇ ਅਸੀਂ ਦੋਨਾਂ ਨੂੰ ਹੀ ਰੋਕ ਲਾਵਾਂਗੇ। ਤੇ ਉਹ ਰਾਤ ਨੂੰ 12 ਵਜੇ ਨਿਕਲ ਜਾਇਆ ਕਰਦੇ ਸੀਗੇ ਔਰ ਐਕਚੁਅਲੀ ਕੁੜੀਆਂ ਨੂੰ ਸੇਵ ਕਰਦੇ ਸੀ। ਸੋ ਲੋਕਾਂ ਨੂੰ ਪਤਾ ਨਹੀਂ ਹੈ ਕਿ 12 ਵਜੇ ਸਰਦਾਰ ਕਿਉਂ ਐਕਟਿਵ ਹੁੰਦੇ ਸੀ ਤੁਹਾਡੇ ਘਰ ਦੀ ਇੱਜ਼ਤ ਬਚਾਉਣ ਵਾਸਤੇ, ਭਾਵਾਂ ਉਹ ਹਿੰਦੂ ਸੀ ਜਾਂ ਮੁਸਲਮਾਨ ਸੀ ਜਾਂ ਸਿੱਖ ਸੀਗੇ। ਸੋ ਇਹ ਕਹਾਵਤ ਹੈ, ਦੇਖੋ ਅੱਜ ਮੈਨੂੰ ਦੇਖੋ ਇੱਕ ਫਾਇਦਾ ਹੋਇਆ, ਨੌਲੇਜ ਹੋਈ ਮੈਨੂੰ, ਇੱਕ ਨੌਲੇਜ ਹੋਈ, ਇੱਕ ਸਿੱਖੀ ਮੈਨੂੰ ਮਿਲੀ ਹੈ ਜੀ, ਕਮਾਲ। ਵੈਸੇ ਗੱਲ ਅਜੀਬ ਹੈਗੀ ਹੈ, ਅਜੀਬ ਹੈ ਕਿ ਅੱਜ ਤੁਸੀਂ ਇੰਟਰਵਿਊ ਮੇਰਾ ਲੈ ਰਹੇ ਸੀ ਜੀ, ਇੰਟਰਵਿਊ ਮੈਂ ਤੁਹਾਡਾ ਲੈ ਰਿਹਾ, ਦੂਜੇ ਦੇ ਨਾਲ ਜਦੋਂ ਬਹੁਤ ਅੱਛੀ ਤਾਲਮੇਲ ਹੋਵੇ ਤੇ ਉਹ ਬੈਸਟ ਜੋੜੀ ਕਹਲਾਈ ਜਾਂਦੀ ਹੈ। ਸੋ ਮੈਂ ਕਹਾਂਗੀ ਕਿ ਅਸੀਂ ਤੇ ਬਹੁਤ ਵੱਡੇ ਫੈਨ ਆ ਤੁਹਾਡੇ ਔਰ ਅਸੀਂ ਬਹੁਤ ਓਨਰ ਵੀ ਹਾਂ ਕਿ ਤੁਸੀਂ ਆਏ ਹੋ ਵਾਪਸ, ਕਿਉਂਕਿ ਮੈਂ ਜ਼ਿਆਦਾ ਟਾਈਮ ਨਹੀਂ ਲਾਂਗੀ। ਮੈਂ ਇਹ ਕਹਾਂਗੀ ਕਿ ਥੈਂਕ ਯੂ ਸੋ ਮੱਚ ਮਾਈ ਟੀਵੀ, ਇਹ ਤੁਹਾਡਾ ਟੀਵੀ ਵੀ ਹੈ, ਸਾਡੀ ਕਮਿਊਨਿਟੀ ਦਾ ਟੀਵੀ ਹੈ। ਇਹੀ ਇੱਕ ਰੀਜ਼ਨ ਹੈ ਕਿ ਅਸੀਂ ਚਾਹੁੰਦੇ ਸੀ ਕਿ ਸਾਡੇ ਜਿਹੜੇ ਦੂਸਰੀ ਕਮਿਊਨਿਟੀਜ਼ ਦੇ ਲੋਕ ਨੇ ਉਹ ਵੀ ਆਉਣ ਅਤੇ ਅਸੀਂ ਦਿਖਾਈਏ ਕਿ ਅਸੀਂ ਸਾਂਝੇ ਹਾਂ। ਇਹ ਜ਼ਰੂਰੀ ਨਹੀਂ ਕਿ ਲੜ ਲੜ ਕੇ ਦਿਖਾਇਆ ਜਾਵੇ ਜਾਂ ਸੋਸ਼ਲ ਮੀਡੀਆ 'ਤੇ ਦਿਖਾਇਆ ਜਾਵੇ। ਅਸੀਂ ਸੋਚਿਆ ਕਿ ਅਸੀਂ ਤੁਹਾਨੂੰ ਲਾਈਵ ਸਾਡੇ ਸਟੂਡੀਓ ਦੇ ਵਿੱਚ ਇਹ ਇਗਜ਼ੈਂਪਲ ਇੱਕ ਸੈੱਟ ਕਰੀਏ ਕਿ ਵੀ ਆਰ ਟੁਗੈਦਰ, ਕਿ ਅਸੀਂ ਇਕੱਠੇ ਹਾਂ ਔਰ ਅਸੀਂ ਇਕੱਠੇ ਬਹੁਤ ਅੱਛਾ ਕੰਮ ਕਰ ਸਕਦੇ ਹਾਂ ਜੀ। ਸਾਡੇ ਜਿਹੜੇ ਸਾਡੇ ਟੀਮ ਦੇ ਇੱਕ ਮੈਂਬਰ ਨੇ ਜਿਹੜੇ ਖਾਸ ਹਿੱਸਾ ਨੇ ਉਹ ਵੀ ਮੁਸਲਮਾਨ ਨੇ ਅਤੇ ਅਸੀਂ ਉਹ ਬੜੀ ਰਿਸਪੈਕਟ ਕਰਦੇ ਹਾਂ ਉਹਨਾਂ ਦੀ ਵੀ, ਕਿਉਂਕਿ ਇਹ ਤਾਲਮੇਲ ਹੈ। ਮੋਨੀ ਜੀ ਇੱਕ ਹੋਰ ਮੈਂ ਗੱਲ ਜੀ, ਅਸੀਂ ਜਦੋਂ ਗੱਲਾਂ ਕਰਦੇ ਹਾਂ ਨਾ, ਅਸੀਂ ਇਹਦੇ ਵਿੱਚ ਮੁਸਲਮਾਨ ਸਿੱਖ ਹਿੰਦੂ ਕ੍ਰਿਸਚ ਇਹ ਗੱਲਾਂ ਸਾਨੂੰ ਕਰਨੀਆਂ ਨਹੀਂ ਚਾਹੀਦੀਆਂ ਨਾ। ਸਾਡੇ ਵਾਸਤੇ ਸਾਰੇ ਫਨਕਾਰ ਨੇ ਜੀ, ਆਰਟਿਸਟ ਲੋਕ ਇਹਦੀਆਂ, ਆਰਟਿਸਟ ਦਾ ਕੋਈ ਮਤਲਬ ਨਹੀਂ ਹੁੰਦਾ ਜੀ, ਠੀਕ ਹੈ ਨਾ। ਬਿਲਕੁਲ, ਤੇ ਸਾਨੂੰ ਇਹ ਗੱਲਾਂ ਉਂਝ ਕਰਨੀਆਂ ਵੀ ਨਹੀਂ ਚਾਹੀਦੀ, ਨਹੀਂ ਚਾਹੀਦੀ ਮੇਰਾ ਖਿਆਲ। ਆਈ ਥਿੰਕ ਟਾਈਮ ਚੇਂਜ ਹੋ ਰਿਹਾ ਹੌਲੀ ਹੌਲੀ, ਬਹੁਤ ਫਰਕ ਪੈ ਰਿਹਾ। ਸੋ ਪਰ ਮੈਂ ਅਗੇਨ ਤੁਹਾਨੂੰ ਦੋਵਾਂ ਨੂੰ, ਤੁਸੀਂ ਐਂਡ ਕੁਲਦੀਪ ਨੂੰ ਬਹੁਤ ਬਹੁਤ ਵਧਾਈ ਹੈ ਮੇਰੇ ਵੱਲੋਂ। ਥੈਂਕ ਯੂ ਜੀ। ਮਾਈ ਟੀਵੀ ਇਜ਼ ਮਾਈ ਟੀਵੀ, ਬਿਲਕੁਲ। ਔਰ ਮੈਨੂੰ ਬਹੁਤ ਅੱਛਾ ਲੱਗਾ ਇੱਥੇ ਆ ਕੇ, ਤੁਹਾਡਾ ਸਟੂਡੀਓ ਇੰਨਾ ਮਾਸ਼ਾਅੱਲਾ ਜ਼ਬਰਦਸਤ ਤੁਸੀਂ ਬਣਾਤਾ ਕਿ ਦਿਲ ਖੁਸ਼ ਹੋ ਗਿਆ ਮੇਰਾ। ਥੈਂਕ ਯੂ ਜੀ। ਇਹ ਹਲੇ ਅਸੀਂ, ਮੈਂ ਕਹਾਂਗੀ ਸਾਡੇ ਬੇਬੀ ਸਟੈਪਸ ਨੇ, ਦਿਸ ਇਜ਼ ਜਸਟ ਅ ਫਰਸਟ ਸਟੈਪ। ਉਮੀਦਾਂ ਤਾਂ ਬਹੁਤ ਨੇ, ਅਸੀਂ ਤਾਂ ਸੋਚਿਆ ਕਿ ਹਰ ਕੰਟਰੀ ਦੇ ਵਿੱਚ ਹਰ ਜਗ੍ਹਾ 'ਤੇ ਮਾਈ ਸਟੂਡੀਓ ਹੋਵੇ, ਜਿਵੇਂ ਭਾਵਾਂ ਪਾਕਿਸਤਾਨ ਹੋਵੇ ਜਾਂ ਇੰਡੀਆ ਹੋਵੇ, ਅਤੇ ਕੋਈ ਕੋਨਾ ਨਾ ਛੱਡੀਏ। ਸੋ ਕਹਿੰਦੇ ਨੇ ਕਿ ਜਿਹੜੇ ਡ੍ਰੀਮਰਸ ਨੇ ਉਹਨਾਂ ਦੇ ਡ੍ਰੀਮ ਪੂਰੇ ਹੁੰਦੇ ਨੇ। ਸੋ ਆਮ ਆ ਹਿਊਜ ਡ੍ਰੀਮਰ, ਸੋ ਲੈਟਸ ਸੀ ਇਹ ਪੋਸੀਬਲ ਹੋ ਪਾਉਂਦਾ ਕਿ ਨਹੀਂ। ਤੁਸੀਂ ਵੀ ਇੱਥੇ ਹੋ, ਅਸੀਂ ਵੀ ਇੱਥੇ ਹਾਂ, ਲੈਟਸ ਸੀ ਕਿੱਥੇ ਜਾਂਦਾ, ਕਿਉਂਕਿ ਮੈਂ ਮਾਈ ਟੀਵੀ ਨਹੀਂ ਛੱਡਣਾ। ਬਿਲਕੁਲ ਨਹੀਂ, ਔਰ ਮੈਂ ਤੁਹਾਨੂੰ ਫਿਰ ਦੱਸ ਰਿਹਾ ਜੀ, ਸਕਾਈ ਇਜ਼ ਦ ਲਿਮਿਟ, ਸਕਾਈ ਇਜ਼ ਦ ਲਿਮਿਟ, ਯੈਸ। ਸੋ ਲਓ ਜੀ, ਅਸੀਂ ਹੁਣ ਅਲਵਿਦਾ ਲੈਂਦੇ ਹਾਂ, ਔਰ ਜਿਹੜਾ ਅੱਜ ਦਾ ਸਾਡਾ ਕਾਰਿਕ੍ਰਮ ਹੈਗਾ ਗ੍ਰੈਂਡ ਓਪਨਿੰਗ ਦਾ, ਉਹਦੇ ਨਾਲ ਅਸੀਂ ਪ੍ਰੋਸੀਡ ਕਰਦੇ ਹਾਂ। ਅਫਕੋਰਸ ਤੁਸੀਂ ਬਹੁਤ ਸਾਰੇ ਹੋਰ ਵੀ ਇੰਟਰਵਿਊਜ਼ ਦੇਖੋਗੇ, ਲੇਕਿਨ ਇਹ ਸਾਡਾ ਫਰਸਟ ਇੰਟਰਵਿਊ ਸੀ। ਮੈਂ ਚਾਹੁੰਦੀ ਸੀ ਕਿ ਜਿਹੜੇ ਸਾਡੇ ਚੀਫ ਗੈਸ ਨੇ ਉਹਨਾਂ ਨਾਲ ਸਭ ਤੋਂ ਸ਼ੁਰੂਆਤ ਪਹਿਲਾਂ ਉਹਨਾਂ ਨਾਲ ਕੀਤੀ ਜਾਵੇ। ਸੋ ਵੰਸ ਅਗੇਨ ਥੈਂਕ ਯੂ ਸੋ ਮੱਚ ਐਵਰੀਵਨ, ਕੀਪ ਵਾਚਿੰਗ ਮਾਈ ਟੀਵੀ, ਮੋਨੀ ਵੱਲੋਂ ਐਂਡ ਨੂਰ ਰੰਗਮੀ ਜੀ ਵੱਲੋਂ, ਸਤਿ ਸ਼੍ਰੀ ਅਕਾਲ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।